ਫਤਿਹਗੜ੍ਹ ਸਾਹਿਬ ਦਾ ਪਿੰਡ ਭਗੜਾਣਾ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਜਾਪਦਾ, ਜੋ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਕਰਨ ਵਾਲੇ ਕੈਦੀ ਮਨਿੰਦਰ ਸਿੰਘ ਦਾ ਪਿੰਡ ਹੈ। ਇਸ ਘਟਨਾ ਤੋਂ ਬਾਅਦ ਮਨਿੰਦਰ ਸਿੰਘ ਦਾ ਪਰਿਵਾਰ ਵੀ ਪੂਰੀ ਤਰ੍ਹਾਂ ਸਹਿਮਿਆ ਹੋਇਆ ਅਤੇ ਪਰਿਵਾਰ ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਵੀ ਕਤਰਾ ਰਿਹਾ। ਇਸ ਪਰਿਵਾਰ ਨਾਲ ਕੋਈ ਘਟਨਾ ਨਾ ਵਾਪਰੇ ਇਸ ਲਈ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਘਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਹੈ। ਸਰ, ਜੋ ਬੇਟੇ ਨੇ ਕੀਤਾ ਮਨਿੰਦਰ ਨੇ, ਤੁਹਾਨੂੰ ਲੱਗਦਾ ਕਿ ਉਹ ਸਹੀ ਹੈ? ਸਾਨੂੰ ਕੋਈ ਪਤਾ, ਘਰ ਬੈਠੇ ਆਪਣੇ, ਕਿਤੇ ਬਾਹਰ ਨਹੀਂ ਜਾ ਰਹੇ। ਅੱਛਾ ਜੀ, ਤੇ ਕੀ ਮੰਨਦਾ ਸੀ ਮਨਿੰਦਰ ਤੁਹਾਨੂੰ ਲੱਗਦਾ, ਹੈ ਕਿ ਇਸ ਤਰ੍ਹਾਂ ਦਾ ਸਟੈਪ ਚੱਕ ਸਕਦਾ ਉਹ? ਨਹੀਂ ਜੀ, ਸਾਡਾ ਮਨ ਨਹੀਂ ਕਹਿੰਦਾ ਜੀ, ਪਤਾ ਨਾ ਸਹੀ ਹੁੰਦਾ ਤਾਂ ਉਹ ਕੋਈ ਸੌ ਨਹੀਂ ਖਾਂਦਾ ਵੀ, ਉਹ ਪਹਿਲਾਂ ਖਬਰ ਕਿ ਕੋਈ ਸੌ ਨਹੀਂ ਖਾਂਦਾ। ਹਾਂਜੀ, ਪਹਿਲਾਂ ਅਸੀਂ ਜੀ ਕੋਈ ਗੱਲ ਨਹੀਂ ਹੈ ਸਾਡੀ, ਕੋਈ ਗੱਲ ਨਹੀਂ। ਅੱਛਾ ਜੀ, ਤੇ ਸਵੇਰੇ ਮਾਤਾ ਜੀ ਤੁਸੀਂ ਕਹਿੰਦੇ ਸੀਗੇ ਕੋਈ ਗੱਲਬਾਤ? ਨਹੀਂ, ਅਸੀਂ ਵੀਡੀਓ ਚੱਲ ਰਹੀ ਸੀ ਤੁਹਾਡੀ ਇੱਕ, ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਕੁਛ। ਹਾਂ, ਮੈਂ ਤੁਹਾਨੂੰ ਦੱਸਿਆ ਹੋਇਆ ਵੀ ਸਾਨੂੰ, ਤੁਸੀਂ ਸਾਨੂੰ ਆਹੀ ਪੁੱਛਦੇ ਤੇ ਵੀ ਹਾਂ ਕਿਆ ਗੱਲ ਹੋਈ ਕਿਆ ਨਹੀਂ, ਅਸੀਂ ਤੁਹਾਨੂੰ ਦੱਸਿਆ ਵੀ ਕੋਈ ਅਸੀਂ ਸਾਨੂੰ ਕੁਛ ਪਤਾ ਨਹੀਂ ਹੈਗਾ। ਬੇਅਦਬੀ ਦੇ ਦੋਸ਼ ਦੇ ਵਿੱਚ ਉਹਨੇ ਜੋ ਵੀ ਕੀਤਾ ਤੁਹਾਨੂੰ ਲੱਗਦਾ? ਸਾਨੂੰ ਹੁਣ ਜਦ ਪਤਾ ਹੀ ਨਹੀਂ ਹੈਗਾ ਅਸੀਂ ਕਿਆ ਕੋਲ ਤੇ ਉਹਨੇ, ਅਸੀਂ ਤਾਂ ਤੁਹਾਨੂੰ ਤਾਂ ਕੋਈ ਜਵਾਬ ਦਈਏ ਗੱਲ ਦਾ ਕਿ ਸਾਨੂੰ ਕੁਛ ਪਤਾ ਹੋਵੇ, ਅਸੀਂ ਉਹਦੇ ਕੋਲ ਹੋਈਏ ਜੀ। ਠੀਕ ਹੈ, ਠੀਕ ਹੈ ਜੀ। ਮੇਰੇ ਕੋਲ ਤਾਂ ਜੀ ਇਹੀ ਬਿਆਨ ਕਰ ਦਿਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਮਾੜਾ ਨਹੀਂ ਕਿਸੇ ਤੇ ਕਹਿਣ ਦੇਣਾ, ਵੀ ਨਾ ਹੀ ਕੋਈ ਗੱਲ ਹੁੰਦੀ ਨਹੀਂ। ਬੋਲੇ ਸੋਨਿਹਾਲ ਸ੍ਰੀ ਅਕਾਲ। ਹੁਕਮਨਾਮੇ ਲਿਖ ਲਿਖ ਕੇ ਭੇਜਤਾ ਦਾ ਜੀ, ਉਹ ਤਾਪੀਆਂ ਲਿਖ ਲਿਖ ਕੇ ਭੇਜਦਾ ਸਾਨੂੰ, ਬਹੁਤ ਭੇਜਦਾ ਵੀ ਤੁਸੀਂ ਸਾਰੇ ਨੇ ਵੀ ਜਿੰਨੇ ਵੀ ਗਲੀ ਮਹੱਲਾ ਵੀ ਹੈਗਾ ਵੀ ਗੁਰਸਿੱਖੀ ਨਾਲ ਲੱਗੋ ਜੀ, ਗੁਰੂ ਗ੍ਰੰਥ ਸਾਹਿਬ ਨੂੰ ਮਾੜਾ ਨਹੀਂ ਕਹਿਣ ਦੇਣਾ, ਵੀ ਕੋਈ ਵੀ ਜਿਹੜਾ ਮਾੜਾ ਕਹੂੰਗਾ ਉਹਦਾ ਇਹੀ ਹਾਲ ਹੁੰਦਾ। ਉਧਰ ਪਰਿਵਾਰ ਦਾ ਹਾਲ ਜਾਣਨ ਲਈ ਪਹੁੰਚੇ ਸਿਆਸੀ ਆਗੂ ਦਾ ਕੀ ਕਹਿਣਾ, ਜ਼ਰਾ ਉਹ ਵੀ ਸੁਣ ਲਵੋ। ਮੇਰਾ ਨਾਮ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਮੈਂ ਜਨਰਲ ਸੈਕਟਰੀ ਹਾਂ। ਮੇਰੇ ਨਾਲ PAC ਦੇ ਮੈਂਬਰ ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰੀ ਸਾਹਿਬ, ਅਮਲੋਹ ਤੋਂ ਇੰਚਾਰਜ ਸਰਦਾਰ ਰਖਵੀਰ ਸਿੰਘ ਜੀ ਸੰਪੀ ਸਾਹਿਬ, ਇਸ ਇਲਾਕੇ ਦੇ ਸਾਡੇ ਲੀਡਰ ਸਰਦਾਰ ਕੁਲਦੀਪ ਸਿੰਘ ਜੀ ਦਿਵਾਲੀ, ਅਤੇ ਇਸ ਪਿੰਡ ਦਾ ਨੌਜਵਾਨ ਲਾਲੀ ਸਾਡੇ ਨਾਲ ਨੇ ਸਾਰੇ। ਅਤੇ ਜਿਵੇਂ ਕਿ ਆਪ ਜੀ ਨੇ ਵੀ ਅਤੇ ਅਸੀਂ ਵੀ ਸੋਸ਼ਲ ਮੀਡੀਆ ਰਾਹੀਂ ਰਾਤ ਨੂੰ ਦੇਖਿਆ ਅਤੇ ਸਵੇਰੇ ਅਖਬਾਰਾਂ ਰਾਹੀਂ ਪੜ੍ਹਿਆ ਕਿ ਕੱਲ੍ਹ ਨਾਭਾ ਜੇਲ੍ਹ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਮਹਿੰਦਰਪਾਲ ਬਿੱਟੂ ਉੱਥੇ ਅੰਦਰ ਬੰਦ ਸੀ, ਉਹਨੂੰ ਮਤਲਬ ਕਿ ਸਜ਼ਾ ਸ਼ਾਇਦ ਕਾਨੂੰਨ ਨੇ ਤਾਂ ਸ਼ਾਇਦ ਦੇਣੀ ਸੀ ਜਾਂ ਨਹੀਂ ਦੇਣੀ ਸੀ, ਜੋ ਇਸ ਦੇਸ਼ ਦਾ ਵਰਤਾਰਾ ਹੈ, ਜੋ ਇਹਨਾਂ ਸਰਕਾਰਾਂ ਦਾ ਵਰਤਾਰਾ, ਇਹਦੇ ਬਾਰੇ ਨਾ ਮੈਂ ਕੁਛ ਕਹਿ ਸਕਦਾ ਨਾ ਹੋਰ ਕੋਈ ਇਸ ਵਕਤ ਕਹਿ ਸਕਦਾ, ਪਰ ਇਹ ਜ਼ਰੂਰ ਹੈ ਵੀ ਜਿਹੜਾ ਅਸੀਂ ਇੰਸੀਡੈਂਟ ਸੁਣਿਆ ਅਤੇ ਪੜ੍ਹਿਆ ਅਖਬਾਰਾਂ ਦੇ ਰਾਹੀਂ, ਉਹਦੇ ਵਿੱਚ ਜਿਹੜਾ ਭਾਈ ਮਨਿੰਦਰ ਸਿੰਘ ਜੀ ਨੇ, ਜਿਨ੍ਹਾਂ ਦਾ ਪਿੰਡ ਆ, ਜਿਨ੍ਹਾਂ ਦੇ ਘਰ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਹਾਂ, ਅਤੇ ਨਾਲ ਹੀ ਦੂਜਾ ਨੌਜਵਾਨ ਗੁਰਸੇਵਕ ਸਿੰਘ, ਉਹਨਾਂ ਦੋਹਾਂ ਨੇ ਜਿਹੜੀ ਸਜ਼ਾ ਉਹਨੂੰ ਦਿੱਤੀ ਹੈ ਮਹਿੰਦਰਪਾਲ ਬਿੱਟੂ ਨੂੰ, ਸਾਡੇ ਹਿਸਾਬ ਨਾਲ ਉਹ ਬਣਦੀ ਸੀ। ਦੱਸ ਦਈਏ ਕਿ ਬੀਤੇ ਦਿਨੀ ਨਾਭਾ ਦੀ ਨਵੀਂ ਬਣੀ ਜੇਲ੍ਹ 'ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੈਦੀਆਂ ਵੱਲੋਂ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਮਾਹੌਲ ਖਰਾਬ ਨਾ ਹੋਵੇ। ਫਤਿਹਗੜ੍ਹ ਸਾਹਿਬ ਤੋਂ ਰਣਜੋਤ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ।